2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਮੇਅਰ ਚੋਣਾਂ ਬੇਹੱਦ ਇੰਟਰਸਟਿੰਗ ਨੇ ਕਿਉਂਕਿ ਇੰਡੀਆ ਅਲਾਇੰਸ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੀਆਂ। ਲੇਕਿਨ ਅੱਜ ਚੋਣਾਂ ਪਹਿਲਾਂ ਹੀ ਟਲ ਗਈਆਂ ਕਿਉਂਕਿ ਕਿਹਾ ਗਿਆ ਕਿ ਜਿਹੜੇ ਆਫੀਸਰ ਸੀ ਬਿਮਾਰ ਸੀ। ਉਸ ਤੋਂ ਬਾਅਦ ਸਾਰੇ ਕੌਂਸਲਰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੱਕ ਵੱਡੀ ਮੀਟਿੰਗ ਹੋਈ। ਮੀਟਿੰਗ ਚ ਕੀ ਕੁਝ ਹੋਇਆ ਔਰ ਕਿਸ ਤਰੀਕੇ ਦਾ ਕੋਈ ਡਰ ਹੈ, ਗੱਲਬਾਤ ਕਰ ਲੈਂਦੇ ਹਾਂ ਜਰਨੈਲ ਸਿੰਘ ਹੋਰਾਂ ਨਾਲ। ਜਰਨੈਲ ਜੀ, ਸੀਐਮ ਹਾਊਸ ਦੇ ਵਿਚ 2-2.5 ਘੰਟੇ ਮੀਟਿੰਗ ਕੀਤੀ। ਜ਼ੋਰ ਪੋਲਿਟਿਕਸ ਬੜਾ ਕਿਹਾ ਜਾਂਦਾ ਹੈ ਕਿ ਡਰ ਹੁੰਦਾ ਕਿ ਕਿਤੇ ਕੌਂਸਲਰ ਬੀਜੇਪੀ ਵਾਲੇ ਲੈ ਹੀ ਨਾ ਜਾਣ। ਡਰ ਹੈ ਕਿ ਬੀਜੇਪੀ ਵਾਲੇ ਕੌਂਸਲਰ ਲੈ ਜਾਣਗੇ, ਇਲੈਕਸ਼ਨ ਡਿਲੇ ਹੋਈ ਹੈ। ਵੇਖੋ, ਬੀਜੇਪੀ ਦਾ ਜੇ ਤੁਸੀਂ ਪਿਛਲੇ ਕੁਝ ਸਾਲਾਂ ਦਾ ਟਰੈਕ ਚੈੱਕ ਕਰੋ ਤੇ ਬਹੁਤ ਸਾਰੀ ਸਟੇਟਸ ਵਿੱਚ ਇਹਨਾਂ ਨੇ ਖਰੀਦ ਫਰੋਖ ਕਰਕੇ ਸਰਕਾਰਾਂ ਬਣਾਈਆਂ ਨੇ, ਡਰਾ ਕੇ ਸਰਕਾਰਾਂ ਬਣਾਈਆਂ ਨੇ, ਤੇ ਕੋਸ਼ਿਸ਼ ਇਹਨਾਂ ਨੇ ਚੰਡੀਗੜ੍ਹ ਚ ਵੀ ਕੀਤੀ। ਅਲੱਗ ਇੱਕ ਚੰਡੀਗੜ੍ਹ ਕਾਰਪੋਰੇਸ਼ਨ ਦੀ ਸਿਰਫ ਇਲੈਕਸ਼ਨ ਹੈ ਤੇ ਉਹ ਆਪਰੇਸ਼ਨ ਲੋਟਸ ਇੱਥੇ ਪੂਰੀ ਤਰ੍ਹਾਂ ਧਵਸਤ ਹੋ ਗਿਆ, ਫੇਲ ਹੋ ਗਿਆ। ਤੇ 20 ਦੇ 20 ਕਾਉਂਸਲਰਸ ਇੱਕ ਜੁੱਟ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ, ਆਪਣੀ ਹਾਰ ਨੂੰ ਸਾਹਮਣੇ ਵੇਖ ਕੇ ਇੱਕ ਪ੍ਰਿਸਾਈਡਿੰਗ ਆਫੀਸਰ ਦਾ ਲਿਖਿਆ ਹੈ ਜੀ, ਉਹਨਾਂ ਨੇ ਟੈਲੀਫੋਨਿਕਲੀ ਇਨਫੋਰਮ ਕੀਤਾ ਮੇਰੀ ਤਬੀਅਤ ਠੀਕ ਨਹੀਂ ਹੈ, ਇਹ ਤੇ ਕੋਈ ਬਹਾਨਾ ਨਾ ਹੋਇਆ। ਲੇਕਿਨ ਉਹ ਕਹਿ ਰਹੇ ਕਹਿੰਦੇ ਪੰਜਾਬ ਕਾਡਰ ਤੇ ਪੰਜਾਬ ਸਰਕਾਰ ਨੇ ਨਾ ਕਿਹਾ ਹੋਵੇ, ਉਹ ਤੁਹਾਡੇ ਤੇ ਬੀਜੇਪੀ ਵਾਲੇ ਕਹਿ ਰਹੇ ਨੇ। ਇਹ ਤੇ ਸਿਰਫ ਉਹਨਾਂ ਦਾ ਡਰ ਹੈ, ਅਸੀਂ ਤੇ ਕਹਿੰਦੇ ਜਿਹਨੂੰ ਮਰਜ਼ੀ ਲਾ ਦੋ ਤੁਸੀਂ ਤੇ ਇਲੈਕਸ਼ਨ ਕਰਾ ਦੋ ਕਿਸੇ ਬਹਾਨੇ, ਕਿਸੇ ਤਰੀਕੇ ਇਲੈਕਸ਼ਨ ਕਰਾ ਦੋ। ਜਿੰਨੇ ਦਿਨ ਇਲੈਕਸ਼ਨ ਨਹੀਂ ਹੁੰਦੇ, ਖਦਸ਼ਾ ਹੈ ਕਿ ਕੌਂਸਲਰ ਜਿਹੜੇ ਨੇ, ਕਿਉਂਕਿ ਜ਼ਿਆਦਾ ਨੰਬਰ ਉੱਪਰ ਨਹੀਂ ਹੈ, 20 ਨੇ ਤੁਹਾਡੇ ਕੋਲ, 3 ਹੀ ਘਟਨੇ ਹੈ ਤਾਂ ਬੀਜੇਪੀ ਨੂੰ ਸਿੱਧਾ ਫਾਇਦਾ ਹੋਇਆ ਨਾ। ਡਰ ਹੈ ਕਿ ਇੱਧਰ ਉੱਧਰ ਨਾ ਚਲੇ ਜਾਣ, ਇਕੱਠੇ ਕਿਸੇ ਜਗ੍ਹਾ ਦੇ ਉੱਤੇ ਰੱਖੇ ਹੋਏ ਨੇ। ਸਾਨੂੰ ਕੋਈ ਡਰ ਨਹੀਂ, 20 ਦੇ 20 ਇਲੈਕਸ਼ਨ ਜਿਹੜੇ ਕਾਉਂਸਲਰਸ ਨੇ ਉਹਨਾਂ ਦਾ ਮੈਨੂੰ ਲੱਗਦਾ ਬਹੁਤ ਵਾਰੀ ਟ੍ਰਾਇਲ ਹੋ ਗਿਆ, ਬਹੁਤ ਸਾਰੇ ਉਹਨਾਂ ਤੇ ਦਬਾਅ ਪਾਏ ਗਏ ਬੀਜੇਪੀ ਵੱਲੋਂ ਵੀ, ਹਰ ਕਿਸਮ ਦੇ ਲਾਲਚ ਵੀ ਦਿੱਤੇ ਗਏ ਹੋਣਗੇ, ਪਰ ਸਾਰੇ ਇੱਕ ਜੁੱਟ ਨੇ ਕਿਉਂਕਿ ਚੰਡੀਗੜ੍ਹ ਦੀ ਭਲਾਈ ਚਾਹੁੰਦੇ ਨੇ ਚੰਡੀਗੜ੍ਹ 'ਚ ਜਿੱਦਾਂ ਲੋਕਾਂ ਨੇ ਫਤਵਾ ਦਿੱਤਾ ਸੀ 2 ਸਾਲ ਪਹਿਲਾਂ ਕਿ ਬਈ ਆਮ ਆਦਮੀ ਪਾਰਟੀ ਦਾ ਮੇਅਰ ਬਣੇ, ਅੱਜ ਸਾਰੇ ਮਿਲ ਕੇ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣਾ ਚਾਹੁੰਦੇ ਨੇ। ਡਰ ਬੀਜੇਪੀ ਨੂੰ ਉਹਨਾਂ ਨੰਬਰਸ ਤੋਂ ਇਲਾਵਾ ਇੱਕ ਹੋਰ ਹੈ ਕਿ 2 ਸਾਲਾਂ ਤੋਂ ਬੀਜੇਪੀ ਚੰਡੀਗੜ੍ਹ ਕਾਰਪੋਰੇਸ਼ਨ 'ਚ ਕੁਝ ਕਰ ਨਹੀਂ ਸਕੀ ਤੇ ਇਹਨਾਂ ਦੇ ਆਪਣੇ ਕਾਉਂਸਲਰਸ ਨਾ ਕ੍ਰੋਸ ਵੋਟਿੰਗ ਕਰ ਦੇਣ ਤੇ ਹਾਰ ਦਾ ਮਾਰਜਨ ਹੋਰ ਜ਼ਿਆਦਾ ਨਾ ਵਾਜੇ। ਤੁਹਾਨੂੰ ਕ੍ਰੋਸ ਵੋਟਿੰਗ ਦਾ ਡਰ ਹੈ? ਨਹੀਂ, ਸਾਨੂੰ ਨਹੀਂ ਡਰ, ਬੀਜੇਪੀ ਨੂੰ ਡਰ ਹੈ, ਤਾਂ ਕਰਕੇ ਇਲੈਕਸ਼ਨ ਤੋਂ ਭੱਜ ਰਹੇ ਨੇ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਇੰਡੀਆ ਅਲਾਇੰਸ ਦੀ ਗੱਲ ਕੀਤੀ ਅੱਜ, ਉਹਦਾ ਇੱਕ ਪਹਿਲਾ ਟ੍ਰਾਇਲ ਹੋਣਾ ਸੀ, ਤੁਸੀਂ ਕਹਿ ਸਕਦੇ ਹੋ ਪਹਿਲੀ ਬਾਲ ਤੇ ਇਹਨਾਂ ਦੀ ਕਿੱਲੀਆਂ ਉੱਡਣ ਲੱਗੀਆਂ ਸੀ, ਉਹ ਡਰ ਇਲੈਕਸ਼ਨ ਨੂੰ ਡਿਲੇ ਕਰਨ ਤੇ ਇਹਨਾਂ ਨੂੰ ਮਜਬੂਰ ਕਰ ਰਿਹਾ। ਇੰਡੀਆ ਅਲਾਇੰਸ ਦਾ ਤੁਸੀਂ ਜ਼ਿਕਰ ਕੀਤਾ, ਇੰਡੀਆ ਅਲਾਇੰਸ 'ਚ ਪੰਜਾਬ ਯੂਨਿਟ, ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਕਹਿੰਦੇ ਕਿ ਅਸੀਂ ਤੇ 13 ਦੀਆਂ 13 ਇਕੱਲੇ ਲੜਾਂਗੇ, ਕਿਸ ਤਰੀਕੇ ਨਾਲ ਪੰਜਾਬ ਦੇ ਸੰਦਰਭ ਨਾਲ ਸਮਝਣ ਦੀ ਕੋਸ਼ਿਸ਼ ਕਰੀਏ? ਵੇਖੋ, ਅੱਜ ਤੇ ਸਿਰਫ ਆਪਾਂ ਚੰਡੀਗੜ੍ਹ ਮੇਅਰ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਅੱਜ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਯੂਨਿਟ ਤੇ ਚੰਡੀਗੜ੍ਹ ਦੀ ਕਾਂਗਰਸ ਯੂਨਿਟ ਨੇ ਫੈਸਲਾ ਲਿਆ ਉਹਨਾਂ ਦੀ ਸਹਿਮਤੀ ਨਾਲ, ਤੇ ਉਹਨਾਂ ਨੇ ਮਿਲ ਕੇ ਕਿਹਾ ਵੀ ਹਾਂ ਵੀ ਆਮ ਆਦਮੀ ਪਾਰਟੀ ਨਾਲ ਆਪਾਂ ਮੇਅਰ ਬਣਾਵਾਂਗੇ ਤੇ ਬਾਕੀ 2 ਡਿਪਟੀ ਮੇਅਰ ਉਹਨਾਂ ਦੇ ਬਣਨਗੇ। ਤੁਹਾਨੂੰ ਲੱਗਦਾ ਮੇਅਰ ਇਕੱਠੇ ਬਣ ਜਾਏਗਾ ਕਾਂਗਰਸ ਆਮ ਆਦਮੀ ਪਾਰਟੀ, ਉਸ ਤੋਂ ਬਾਅਦ ਪੰਜਾਬ ਹਰਿਆਣਾ ਤੇ ਵੀ ਫੈਸਲਾ ਲਿੱਤਾ ਜਾ ਸਕਦਾ, ਕਿਸ ਤਰੀਕੇ ਨਾਲ ਤੁਹਾਡੇ ਕੋਲ ਫੀਡਬੈਕ ਆ ਰਹੀ ਹੈ? ਵੇਖੋ, ਅਲਾਇੰਸ ਦਾ ਇੱਕ ਬੜਾ ਸਿਸਟਮੈਟਿਕ ਤਰੀਕਾ ਹੈ, ਇਹਨਾਂ ਦੀ ਬਕਾਇਦਾ ਕਮੇਟੀਆਂ ਬਣਾਈਆਂ ਗਈਆਂ ਨੇ, ਜੇ ਉਹ ਸਾਡੇ ਲੀਡਰਸ ਨੇ ਉਹਨਾਂ ਕਮੇਟੀਆਂ ਵਿੱਚ ਜਾਂਦੇ ਨੇ, ਸਾਰੀ ਪਾਰਟੀਆਂ ਦੀ ਜਾਂਦੇ ਨੇ, ਤੇ ਇੱਕ ਬਕਾਇਦਾ ਪੈਰਾਮੀਟਰ ਦੇ ਤਹਿਤ ਉੱਥੇ ਗੱਲਬਾਤ ਹੁੰਦੀ ਹੈ। ਤੇ ਇਹ ਟ੍ਰਬਲਸ ਨੇ ਕਹਿੰਦੇ ਨੇ ਵੀ ਕੋਈ ਚੀਜ਼ ਨਵੀਂ ਪਹਿਲੀ ਵਾਰ ਹੋਵੇ ਤਾਂ ਉਹਦੇ 'ਚ ਕਈ ਵਾਰੀ ਟੀਦਿੰਗ ਟ੍ਰਬਲਸ ਹੁੰਦੀਆਂ ਨੇ, ਤੇ ਆਪਾਂ ਇਹਨਾਂ ਟ੍ਰਬਲਸ ਤੋਂ ਨਿਕਲਾਂਗੇ ਤੇ ਛੇਤੀ ਜੋ ਵੀ ਫੈਸਲਾ ਹੋਏਗਾ ਸਾਰੇ ਮੰਜ਼ੂਰ। ਪੰਜਾਬ ਦਾ ਕੀ ਰੁਖ ਰਹੇਗਾ? ਥੋੜ੍ਹਾ ਇੰਤਜ਼ਾਰ ਕਰਨਾ ਪਏਗਾ। ਥੈਂਕ ਯੂ। ਤਾਂ ਜਰਨੈਲ ਸਿੰਘ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕਰ ਰਹੇ ਸੀ, ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।